ਬਣਾਇਆ? ਵਿਆਹ ਹੋਣ ਲੱਗਾ। ਲੈ ਵਿਆਹ ਆ ਘੋੜੇ ਵਾਲੇ ਨੂੰ ਫਾਰ ਕਰਨਾ ਪਹਿਲਾਂ। ਇਹ ਘੋੜੇ ਵਾਲਾ ਨਹੀਂ, ਖੁਦ ਅਰਬੀ ਨਸਲ ਚ ਵਿਆਹ ਕੀਤਾ ਮੈਂ ਸਾਲਾ। ਤੁਸੀਂ ਆਪਣੀ ਭੈਣ ਦਾ ਵਿਆਹ ਕੀਤਾ? ਜਿਹੜੀ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ ਜਨਾਬ ਬਜ਼ੁਰਗੋ, ਤੁਹਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਹ ਸ਼ਾਦੀ ਸ਼ੁਦਾ? ਤੁਹਾਨੂੰ ਇਹ ਨੀ ਪਤਾ ਕਿ ਚਾਰ ਜਾਇਜ਼ ਨੇ? ਇਹਦਾ ਮਤਲਬ ਹੈ ਦੋ ਤੂੰ ਹੋਰ ਰੱਖੀਆਂ ਨੇ। ਤੁਸੀਂ ਹਾਂ ਕਰੋ, ਮੈਨੂੰ ਉਹ ਵੀ ਕਬੂਲ ਹੈ ਜਨਾਬ। ਉਹ ਕਿਹੜੇ ਚੰਗਾ ਪੈ ਗਿਆ ਤੂੰ, ਉਹ ਕਿਹੜੀ ਬਹਿਸ ਸ਼ੁਰੂ ਕਰਦੀ ਉਹ ਧੀ? ਓਏ ਅੱਲਾ ਨੇ ਕਿੱਡਾ ਸੋਹਣਾ ਨੂੰ ਨੂਰਾਨੀ ਚਿਹਰਾ ਦਿੱਤਾ ਤੇ ਕੰਮ ਕਰੇ ਕਿ ਪੜਨ ਦੇ? ਵਿਆਹ ਹੀ ਕਰਾਉਂਦੇ ਆ ਬਜ਼ੁਰਗਾ। ਅੱਛਾ ਅੱਛਾ ਜੀ, ਤੁਸੀਂ ਇਹਨਾਂ ਛੱਡੋ, ਤੁਸੀਂ ਬੁਲਾਓ। ਵੈਰੀ ਵੈਰੀ ਗੁੱਡ, ਬੁਲਾਓ ਬੁਲਾਓ। ਓਏ ਜਨਾਬ ਵਾਲੇ ਸਲਾਮ, ਬੈਠੋ। ਮੈਂ ਮੈਂ ਕਿਹਾ ਜੀ ਤੁਸੀਂ ਚਲੋ, ਅਸੀਂ ਕੋਈ ਫੰਕਸ਼ਨ ਨਹੀਂ ਕਰਾਉਣਾ। ਚਲੋ ਓਏ ਅੱਪਾ, ਪੌਟੀ ਹੈ ਮੇਰੀ। ਕੌਣ ਹੈ ਬਾਬਾ? ਬਾਬਾ ਨਹੀਂ ਮੈਂ, ਬਾਬਾ ਇਹ ਵਾਲਦ ਵਾਲਦ ਮਰਹੂਮ। ਸਲਾਮ ਅਲੈਕੁਮ ਬਾਬਾ ਜੀ। ਵਾਲੇ ਸਲਾਮ। ਬਹਿ ਜਾ ਬਜ਼ੁਰਗੋ, ਖਬਰ ਉਹ ਤੂੰ ਖਾ ਜਾ ਤਮੀਜ਼ ਨਾ ਲੈ। ਆ ਯਾਰ ਤੂੰ ਉਹ ਸ਼ਾਦੀ ਆ ਤੂੰ ਬਾਜੀ ਵਿਆਹਤੀ ਹੁਣ ਤੇ ਨਿਕਲ ਟਾਈਮ ਨਾਲ ਆ ਜਾ ਯਾਰ। ਤੇਰਾ ਇੱਥੇ ਕੀ ਕੰਮ? ਅੱਬਾ ਜੀ ਆਪ ਇਤਨੇ ਗੁੱਸੇ ਸੇ ਕਿਉਂ ਬਾਤ ਕਰ ਰਹੇ ਹੋ? ਗੁੱਸੇ ਗੁੱਸੇ ਦੀ ਗੱਲ ਨਾ ਕਰ। ਮੈਂ ਆਪਕੇ ਬੇਟੇ ਕੀ ਬੀਵੀ ਹੂੰ, ਆਪ ਮੇਰੇ ਸਰ ਪੇ ਪਿਆਰ ਦੇ ਤਾਂ ਕਿ ਮੁਝੇ ਪਤਾ ਚਲੇ ਮੇਰੇ ਸਰ ਪੇ ਬਜ਼ੁਰਗੋ ਕਾ ਸਾਇਆ ਹੈ। ਮੈਂ ਤੇਰੇ ਸਿਰ ਤੇ ਲਾਨਾ ਬੋਰ ਦਾ ਦਰਖਤ, ਉਹਦੀ ਛਾਵੇਂ ਬਈ ਤੂੰ ਤਲੇ। ਸਮਝ ਆਈ ਨਾ? ਬਜ਼ੁਰਗੋ ਕਾ ਸਾਇਆ ਮੇਰੇ ਅੱਪੇ ਤੇ ਜਿੰਨ ਦਾ ਸਾਇਆ ਹੈ। ਸਾਇਆ ਜਿੰਨ ਜਿੰਨ ਕਾ ਬੋਟੀ ਹੈ ਮੇਰੀ, ਬੋਟੀ ਹੈ ਤੇਰੀ। ਹੋਈ ਆਪ ਨਫ਼ਰਤ ਕਰਦੇ ਮੇਰੇ ਸੇ? ਬਹੁਤ ਸਖਤ ਨਫ਼ਰਤ ਕਰਨਾ ਮੈਂ ਤੇਰੇ ਨਾਲ। ਨਫ਼ਰਤ? ਹਾਂ ਕੋਈ ਬਾਤ ਨਹੀਂ, ਮੈਂ ਇਸ ਨਫ਼ਰਤ ਕੋ ਪਿਆਰ ਮੇ ਬਦਲ ਦੂੰਗੀ। ਕੀ ਕਿਹਾ? ਅੱਬਾ ਮੇਰਾ ਬੜਾ ਵੱਡਾ ਠਰਕੀ ਹੈ। ਓਏ ਸੌਫ ਜੀ, ਤੁਸੀਂ ਵਿਆਹ ਕੜਕਾ ਲਿਆ? ਨਹੀਂ ਹਾਲੇ ਕੀਤਾ, ਕੜਕਾਣਾ ਹੈ। ਸੌਫ ਜੀ ਕਿੱਡੀ ਸੋਹਣੀ ਕਸਮ ਛੋਟੇ ਰਸਗੁੱਲੇ ਵਰਗੀ ਬੇਗਮ ਹੈ ਤੁਹਾਡੀ। ਸ਼ੁਕਰ ਹੈ, ਸ਼ੁਕਰ ਹੈ। ਅੱਛਾ ਸਾਹਿਬ ਜੀ, ਆ ਮੇਰਾ ਨਾ ਇਹਨਾਂ ਨੂੰ ਪਹਿਲੇ ਹੀ ਦੱਸ ਦੇਣਾ, ਉਹ ਨਾ ਨਾ ਹੋਵੇ ਐਨ ਟਾਈਮ ਤੇ ਲੜਾਈ ਹੋਣ ਦੀ ਹੋਵੇ। ਕਾਹਦਾ ਦੱਸ ਦਿਆਂ? ਹੈਂ ਤਾਰਫ ਮੇਰਾ ਕਰਾ ਦੇਣਾ, ਮੈਂ ਮੁਲਾਜ਼ਮ ਆ ਨਾ। ਉਹ ਸਾਰਿਆਂ ਨੂੰ ਬੁਲਾ। ਹੈਲੋ ਨਸਬਾ ਜੀ, ਨਸਬਾ ਜੀ, ਚੰਗਾ ਬੀਬੀ ਨਸ ਕਿਉਂ ਵੇਖੋ ਕੀ ਕਹਿ ਨੂੰ ਬਾਜੀ ਕਹਿ ਨਹੀਂ। ਓ ਕੀ ਹੋਇਆ ਤੈਨੂੰ? ਮਾਸ਼ਾਅੱਲਾ ਬੜਾ ਹਾਰ ਪਾਇਆ ਹੈ, ਕੀ ਗੱਲ ਸਾਈਕਲ ਤੇ ਲੱਥੇ ਆ? ਨਹੀਂ ਹਾਲੀ ਚੜਨਾ ਹੈ। ਮੈਂ ਕਿ ਮੈਂ ਟੀਕਾ ਲਾ ਦੇਣਾ ਸਾਹਿਬ ਜੀ। ਟੀਕਾ ਨਾ ਲਾਈ ਹੋਰ ਮੇਰੇ ਘਰ ਵਿੱਚ ਕਦਾ ਸ਼ੋਰ ਹੈ। ਓਏ ਬੰਦੂਕ ਫੜ ਕੇ ਫਿਰ ਹਾਏ ਮੈਂ ਮਰ ਗਈ, ਅੰਦਰ ਕੀ ਚੱਲ ਚੜ ਗਿਆ ਆ ਗਈ ਹੈ ਮਨੂੰ ਫੇ ਮੇਰੇ ਵਿਆਹ ਦੀ ਖੁਸ਼ੀ ਚ ਪਕਾਨੇ ਪਾੜਦੀ ਫਿਰਦੀ। ਕਰ ਲੈ ਇਹਨਾਂ ਵਿਆਹ ਕਰ ਲੈ, ਹੁਣ ਵੇਖ ਲਾ ਵੀ ਕਿੰਨੇ ਕੁ ਹੁੰਦੇ ਬੱਚੇ। ਆ ਦੇਖੀ ਮੈਂ ਤੇ ਰਸ਼ ਲਾ ਦੇਣਾ। ਜਾਨੂ ਇਹ ਕੌਣ ਹੈ? ਨੰਬਰ 2 ਮੈਂਗਾ ਇਹ ਜੀ ਆਪਣਾ 25 ਰੁਪਏ ਘੰਟਾ ਚਬੁਰਜੀ ਨਾਪ ਕੱਟਦੀ ਹੈ। ਹੈਲੋ ਅਮਨ ਕਰ ਬੁਲਾ ਲੈ ਮਾਰੋ ਆਪਣੇ, ਤੁਸੀਂ ਸਕੂਨ ਕਰੋ ਤਾਂ ਮੈਂ ਬੁਝਾ ਦਾ ਤੁਹਾਨੂੰ ਬੁਲਾ। ਤੁਸੀਂ 1 ਮਿੰਟ ਹੌਸਲਾ ਕਰ, ਮੈਂ ਆਪਣੇ ਵੀਰ ਨੂੰ ਬਾਹਰ ਦੇ ਲਿਆ ਵੀਰ। ਬਰਫ਼ ਤੇ ਨੀ ਲੱਤ ਤੇ ਬਜਾ ਕੇ ਗਿਆ। ਅੱਛਾ
ਅਮਨ ਘਰ ਮੈਂ ਤੈਨੂੰ ਦੱਸਾਂ ਵਿਆਹ ਹੋਇਆ ਇਹਨੇ ਵਿਆਹ ਭੈਣਾ ਕੁੜੀ ਤੇ ਤੇਰੇ ਨਾਲ ਕਿਤੇ ਸੋਹਣੀ ਹੈ ਮੈਂ ਤੇ ਕਹਿੰਦਾ ਉਹਨੇ ਜੋ ਫੈਸਲਾ ਕੀਤਾ ਸਹੀ ਕੀਤਾ ਤੇਰਾ ਤੇ ਮੂੰਹ ਉਂਝ ਵੀ ਨਸਵਾਰ ਦੀ ਡੱਬੀ ਵਰਗਾ ਹੋ ਗਿਆ ਹੁਣ ਮੈਂ ਤੇ ਕਹਿੰਦਾ ਸਹੀ ਕੀਤਾ ਤੂੰ ਜੋ ਕੀਤਾ ਇਧਰ ਵਿਆਹ ਕੀਤਾ ਹੀ ਹਾਂ ਅਸਲਾਮ ਅਲੈਕਮ ਵਾਲੇਕੁਮ ਸਲਾਮ ਚੰਗੀ ਹੈ ਚਲੋ ਸਾਡਾ ਵੀ ਦਿਲ ਲੱਗਾ ਜਾਏਗਾ ਇੱਥੇ ਵਿਆਹ ਤੂੰ ਤੇ ਭੈਣ ਹੈ ਹੁਣ ਤੇਰਾ ਕੀ ਫਾਇਦਾ ਮੈਨੂੰ ਇੱਥੇ ਗੱਲ ਕੁਛ ਬਣੀ ਹੈ ਹੈ ਗੱਲ ਕੁਛ ਬਣੀ ਹੈ ਇੱਥੇ ਤੇ ਮੇਰੇ ਨਾਲ ਤਾਂ ਸੁੱਤੀ ਨਹੀਂ ਮੈਂ ਤਾਂ ਇਕੱਲਾ ਸੁੱਤਾ ਸੀ ਉਹ ਬੰਦੂਕ ਫੜ ਚਲਾ ਬੰਦੂਕ ਬੰਦੂਕ ਚਲਾ ਕੀ ਉਹ ਗੋਲੀ ਮਾਰਨੀ ਗੋਲੀ ਇਹ ਸਿਰਫ ਇੰਜ ਹੀ ਚੱਲਦੀ ਭਾਈ ਇਹਨੇ ਛਲਾਂਗ ਮਾਰੀ ਸਿੱਧਾ ਉੱਡ ਕੇ ਸ਼ੇਰ ਦੇ ਪਿੰਜਰੇ ਉੱਥੇ ਜਾ ਕੇ ਰੌਲਾ ਪਾਤਾ ਉਹ ਸ਼ੇਰ ਹੀ ਆ
ਉਹ ਭਾਜੀ ਬਚਾਓ ਸ਼ੇਰ, ਉਹ ਸ਼ੇਰ ਨੇ ਰੱਖ ਕੇ ਚਪੇੜ ਮਾਰੀ, ਉਹ ਕਹਿੰਦਾ ਕੁੱਤੇ ਦੇ ਪੁੱਤਰਾ ਮੇਰੀ ਵੀ ਨੌਕਰੀ ਕਮਾਊ ਹੈ। ਪਹਿਲੇ ਇਹਨਾਂ ਦੇ ਘਰ ਗਿਆ ਗਿਆ ਚਿੜੀਆ ਘਰ ਵਾਲਿਆਂ ਨੇ ਨਾ ਇਹਨੂੰ ਮੱਝ ਦੀ ਖਲ ਪਵਾ ਦਿੱਤੀ। ਅੱਛਾ, ਮੱਝ ਦੀ ਖਲ ਪਵਾ ਕੇ ਛੱਡਿਆ। ਅੱਛਾ, ਉੱਤੋਂ ਸੱਚੀ ਮੁੱਚੀ ਦਾ ਸੰਡਾ ਆ ਗਿਆ। ਸੈਨਮੇ ਦੀ ਬੁਕਿੰਗ ਦੇ ਵਿੱਚ ਆਪਣੀ ਬੁੱਢੀ ਦੇ ਕਾਂਟੇ ਫੜਾਈ ਜਾ ਰਿਹਾ, ਕਹਿੰਦੇ ਜੀ ਮੈਂ ਕਾਂਟੇ ਵੇਚਣੇ ਨੇ। ਉਹ ਕਹਿੰਦੇ ਸਾਰੇ ਸੈਨਮਾ, ਕਹਿੰਦਾ ਬਾਹਰ ਤਾਂ ਤੁਸੀਂ ਭੋਲਾ ਸੁਨਿਆਰਾ ਲਿਖਿਆ। ਬੈਠੋ ਬੈਠੋ, ਲਿਆ ਖਾਲਾ ਮੈਨੂੰ ਟਿਕਟ ਉਧਰ ਦੀ ਦੇ। ਉਹਨਾਂ ਮਾਰੀਆਂ ਫਿਰ ਜੁੱਤੀਆਂ ਫੜ ਕੇ, ਮੇਰਾ ਦਰਬ ਕਰਾਉਣਾ ਮੈਂ, ਇਹ ਜਿਹੜਾ ਬੀਵੀ ਹੈ ਮੇਰੀ। ਭੈਣਾ ਤੂੰ ਜਿਹੜਾ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਾ। ਮੇਰਾ ਦੱਸਾਂ, ਤੇਰਾ ਯਾਰ ਤਾਂ ਹਾਂ, ਇਹ ਜਿਹੜਾ ਹੈ ਨਾ ਸਾਲਾ ਹੈ ਮੇਰਾ। ਕਿੱਡਾ ਅਜੀਬ ਲੱਗਦਾ ਤੇਰੇ ਮੂੰਹ ਚੋਂ ਸਾਲਾ ਮੇਰਾ। ਇਹ ਪਤਾ ਰਾਤ ਨੂੰ 3 ਵਜੇ ਗਲੀ ਚੋਂ ਲੰਘ ਰਿਹਾ ਹੋਵੇ ਨਾ, ਅਚਾਨਕ ਕੁੱਤਾ ਪਵੇ ਤੇ ਇਹੋ ਜਿਹਾ ਮੂੰਹ ਬਣਦਾ। ਕੁੱਤੇ ਨੂੰ ਵੇਖ ਕੇ ਡਰੀਦਾ, ਹੋਰ ਕੀ ਕਰੀਦਾ, ਹੋਰ ਕੀ ਕੁੱਤੇ ਨੂੰ ਕਹੀਦਾ। ਆ ਜਾ ਮੇਰਾ ਭਰਾ ਵੱਢ ਲੈ, ਆ ਜਾ ਮੇਰਾ ਸੋਹਣਾ ਵੱਢ ਵੱਢ ਆ ਵੱਢ। ਉਹ ਮੇਰਾ ਤੇ ਦੱਸ ਦੇ, ਉਹ ਮੇਰਾ ਤੇ ਦੱਸ ਨਾ ਯਾਰ ਤੇਰਾ, ਮੇਰਾ ਇਹ ਜਿਹੜਾ ਨਾ ਇਹ ਨਰਸੇ ਸਾਡੀ। ਅੱਛਾ, ਮੇਰਾ ਇਹ ਨਰਸੇ ਜੀ ਤੁਹਾਡੀ? ਹਾਂਜੀ। ਮਾਸ਼ਾਅੱਲਾ, ਨਰਸ ਦਾ ਮੂੰਹ ਬੜਾ ਬੱਕਰੀ ਦੇ ਚੋਏ ਥਾਣ ਲਗਾ। ਪੜਦਾ ਕੀ ਮਰ ਜਾਣਾ ਮਿਸਟਰ ਬੀਨ। ਹਾਂ ਤੇਰਾ, ਮੇਰਾ ਦੱਸ ਦੇ, ਉਹ ਤੇਰਾ ਦੱਸ ਦੇ, ਸਾਰੇ ਤੇਰੀ ਫੱਕੀ ਮਸ਼ਹੂਰ ਹੈ। ਤੁਹਾਡੀ ਤੂੰ ਦੇ ਨਹੀਂ ਸਲਾਮੀ, ਮੇਰੀ 15000 ਰੁਪਏ ਤਨਖਾਹ ਚੋਂ ਕੱਟ ਲਓ।
ਲੈ ਪੱਤਰ ਆਧਾਰ ਤੇਰੀ ਤਨਖਾਹ ਹਾਂਜੀ ਇੱਥੇ ਕਿ ਤੂੰ ਬੰਬ ਮਾਂਜ ਨਹੀਂ ਪੱਤਰ ਆਧਾਰ ਤਨਖਾਹ ਦੱਸੋ ਨੁਕਰਾਨੀ ਪੱਤਰ ਆਧਾਰ ਤਨਖਾਹ ਚੱਲ ਤੂੰ ਵੀ ਦੇ ਤੇਰੇ ਕੋਲ ਸਾਹਿਬ ਜੀ ਟੀਕਾ ਲਵਾ ਲੈਣਾ ਆਹੋ ਤੇ ਹੋਰ ਪੈਸੇ ਤੁਸੀਂ ਨਹੀਂ ਦੇ ਰਹੇ ਮੈਨੂੰ ਚਲੋ ਅੰਦਰ ਚੱਲ ਨਹੀਂ ਕੀ ਦਵਾਂ ਨਹੀਂ ਆਪਣੇ ਵੱਲੋਂ ਪੀਵੀ ਚੱਲ ਉਹ ਲੱਗ ਲੱਗ ਪੇਡੂਆ ਉਹ ਤੇਰੀਆਂ ਸਾਰੀਆਂ ਭੈਣਾਂ ਇਹੋ ਜਿਹੀਆਂ ਜਿਵੇਂ ਨਾਟਕ ਖੁੱਲੇ ਹੁੰਦੇ ਤੇਰੀ ਦੋ ਭੈਣਾਂ ਰੋਵੇ ਗਗਨਾ ਇੱਕ ਮੈਨੂੰ ਨਾ ਚੰਗੀ ਲੱਗੀ ਮੈਂ ਕਿਹਾ ਪ੍ਰਵੀਨ ਨਾਲ ਦੇ ਕਮਰੇ 'ਚ ਮੇਰੀ ਗੱਲ ਤਾਂ ਸੁਣੀ ਕਹਿੰਦੀ ਆਉਣੀ ਹੈ ਚਿਵਲਾ ਕੁਛ ਵੀ ਨਹੀਂ ਦੋ ਭੈਣਾਂ ਇਹਦੇ ਨਾਲ ਸੋਹਣੀਆਂ ਸਨ ਅੱਛਾ ਹਾਂ ਉਹ ਅੰਮੀ ਨੇ ਨਾ ਪਿਆਲੀਆਂ ਨੂੰ ਦੇਖ ਕੇ 6 ਪਿਆਲੀਆਂ ਲੈ ਲਈਆਂ ਸਨ ਦੱਸ ਬੇਫਿਕਰ ਹੋ ਕੇ ਦੱਸ ਤੇਰਾ ਗੈਰਤ ਨਾਲ ਤਲਕ ਕੀ ਦੇ ਜਵਾਬ ਇਹਨੂੰ ਵੀ ਜਵਾਬ ਮੈਂ ਕੀ ਹੋਰ ਦੇ ਜਾ ਬਹਿ ਜਾ ਭੇਜ ਚੱਲ ਲਾ ਤੇ ਗੱਲ ਕੋਈ ਹੋਰ ਨਹੀਂ ਜਵਾਬ ਕੋਈ ਦੇ ਮਿਲਿਆ ਸਲਾਮੀ ਨੋ ਹੈਲੋ ਹੈਲੋ ਇਹ ਕੀ ਇਹ ਸਲਾਮੀ ਹੈ ਹਾਂਜੀ ਇਹ ਕੀ ਇਹ ਪਕਾਇਆ ਹਾਂ ਇਹ ਇਹਦੇ ਤੇ ਵੇਖੋ ਹਾਂ ਤੇਰਾ Shut up. He is my brother-in-law. Chal, chal, chal. Maja. Kya chao? Tara. Kya na? Acha, acha. Aap baar pae. Main phir andar hi hai, ha? Haan. Phir bhej dehi, main sona bhi hai. Bas, kabhi. Begum. Bas, bas, tam is dhokha hai. Shukar hai, lehat ki mili. Kya? Kya, kya, kya? Kya? ਪਤਾ ਹੈ ਮੁਝੇ ਤੁਮਸੇ ਹਲਕਾ ਹਲਕਾ ਪਿਆਰ ਹੋ ਗਿਆ ਹਲਕਾ ਹਲਕਾ ਹਾਂ ਮੈਨੂੰ ਹਲਕਾ ਹਲਕਾ ਬੁਖਾਰ ਹੋ ਗਿਆ ਮੈਂ ਕਿਹਾ ਹਾਂ ਤੁਸੀਂ ਰਾਜ਼ੀ ਨਹੀਂ ਕਰਨਾ ਮੈਨੂੰ ਯਾਰ ਥੂਕੇ ਤੋਂ ਨਾ ਪੀਕੇ ਇਹ ਥੂਕੇ ਨਹੀਂ ਇਹ ਆਬਸ਼ਾਰ ਹੈ ਇਹ ਆਪਕੇ ਮੂੰਹ ਮੇ ਕੈਸੇ ਆਈ ਹੈ ਉਹ ਮੈਨੇ ਨਾ ਆਪਣੇ ਕਾਂ ਕੇ ਕਰੀਬ ਫੁਹਾਰਾ ਲਵਾਇਆ ਹੈ ਪਤਾ ਹੈ ਆਪਕੀ ਯਹੀ ਬਾਤ ਤੋ ਮੁਝੇ ਅੱਛੀ ਲੱਗਦੀ ਹੈ ਨਾ ਹਾਂ